ਬਹੁਤ ਹੀ ਵਧੀਆ ਹੈ ਨਜ਼ਾਰਾ, ਅੱਜ ਦਾ ਅਲੌਕਿਕ ਨਜ਼ਾਰਾ ਹੈ ਜਿਹੜਾ ਕੱਲ੍ਹ ਨੂੰ ਆਪਣਾ ਪ੍ਰਕਾਸ਼ ਉਤਸਵ ਮਨਾਇਆ ਜਾਣਾ ਹੈ। ਬਹੁਤ ਵਧੀਆ ਢੰਗ ਨਾਲ ਸਜਾਵਟ ਅੰਦਰ ਹੋ ਰਹੀ ਆ। ਗੁਰੂ ਘਰ ਆਣ ਕੇ ਇੰਨਾ ਆਨੰਦ ਆਇਆ ਹੈ ਕਿ ਆਪਾਂ ਸੋਚ ਨਹੀਂ ਸਕਦੇ। ਪ੍ਰਕਾਸ਼ ਉਤਸਵ ਹਰ ਸਾਲ 28 ਅਗਸਤ, 29 ਅਗਸਤ, 30 ਅਗਸਤ ਦੇ ਆਸ ਪਾਸ ਆਉਂਦਾ ਹੈ। ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ। ਧੰਨ ਸਿੰਘ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਸੀ। ਗੁਰੂ ਸਾਹਿਬ ਨੂੰ ਗੁਰੂ ਬਣਾਇਆ ਸੀ ਅਤੇ ਆਪ ਉਹਨਾਂ ਦੇ ਨਾਲ ਥੱਲੇ ਬੈਠੇ ਸੀ। ਬੜੀ ਸਜਾਵਟ ਹੁੰਦੀ ਹੈ, ਬੜਾ ਅੰਦਰ ਫੁੱਲ ਲਗਾਏ ਜਾਂਦੇ ਨੇ, ਬੜੀ ਰੋਸ਼ਨੀ, ਦੀਪਮਾਲਾ ਅਤੇ ਬੜਾ ਆਤਿਸ਼ਬਾਜ਼ੀਆਂ ਚਲਾਈਆਂ ਜਾਂਦੀਆਂ ਨੇ। ਅਤੇ ਵਿਸ਼ੇਸ਼ ਤੌਰ 'ਤੇ ਮੈਂ ਗੱਲ ਕਰਾਂਗਾ ਫੁੱਲਾਂ ਬਾਰੇ। ਫੁੱਲ ਜਿਹੜੇ ਨੇ ਬੰਬੇ ਤੋਂ ਇੱਕ ਵਿਸ਼ੇਸ਼, ਇੱਕ ਸਿੱਖ ਜਿਹੜਾ ਸਿੱਖ ਨਹੀਂ ਹੈ, ਸਹਿਜਧਾਰੀ ਵੀਰ ਹੈ, ਉਹ ਬੜੇ ਪ੍ਰਸ਼ਰਧਾ ਭਾਵਨਾ ਨਾਲ ਸੇਵਾ ਕਰਦਾ। ਉਹ ਹਰ ਸਾਲ ਲੈ ਕੇ ਆਉਂਦਾ ਅਤੇ ਕਈ ਕੰਟਰੀਜ਼ ਤੋਂ ਇਹ ਫੁੱਲ ਮੰਗਾਉਂਦਾ, ਉਹ 20-25 ਦੇਸ਼ਾਂ ਤੋਂ ਫੁੱਲ ਆਉਂਦੇ ਨੇ ਅਤੇ ਬੜੇ ਸੰਗਤ ਨਾਲ ਲੈ ਕੇ ਆਉਂਦਾ, ਸਜਾਵਟ ਕਰਨ ਵਾਲੇ ਸਪੈਸ਼ਲਿਸਟ ਨਾਲ ਲੈ ਕੇ ਆਉਂਦਾ, ਉਹ ਫਿਰ ਸਜਾਵਟ ਕਰਦੇ ਨੇ ਅਤੇ ਅਲੱਗ ਅਲੱਗ ਟਾਈਪ ਦੇ ਡਿਜ਼ਾਇਨ ਕੰਪਿਊਟਰ 'ਚੋਂ ਡਿਜ਼ਾਇਨ ਕੱਢ ਕੇ ਫਿਰ ਉਹ ਸਜਾਵਟ ਕਰਦੇ ਨੇ। ਤੁਸੀਂ ਦੇਖੋਗੇ ਹਰ ਵਾਰੀ ਅਲੱਗ ਅਲੱਗ ਸਿਸਟਮ ਨਾਲ ਸਜਾਏ ਹੁੰਦੇ ਨੇ। ਦੂਰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਸੰਗਤ ਆਉਂਦੀ ਹੈ, ਸ਼ਰਧਾ ਤਹਿਤ ਇਹ ਪਤਾ ਲੱਗਾ ਕਿ ਕੁਝ ਸੰਗਤ ਜਿਹੜੇ ਆਪਣੇ ਹਿੰਦੂ ਜਿਹੜੇ ਆਪਣੇ ਵੀਰ ਨੇ, ਉਹਨਾਂ ਵੀ ਉੱਥੋਂ ਆਪਣਾ ਬੰਬੇ ਤੋਂ ਵੀ ਇਹ ਸੇਵਾ ਕਰ ਰਹੇ ਨੇ। ਇਹ ਸਾਰੀ ਸੰਗਤ ਵਿੱਚ ਸਿੱਖ ਸਾਰੇ ਆਪਣੇ ਭਾਈਚਾਰਕ ਸਾਂਝ ਦਾ ਇੱਕ ਸਬੂਤ ਹੈ।